ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਹਾਲ ਚਾਲ ਹੈ ਜੀ? ਆਪਾਂ ਆ ਗਏ ਸੀ ਆਪਣੇ ਗਾਰਡਨ ਦੇ ਵਿੱਚ, ਅਤੇ ਮੈਂ ਉੱਧਰ ਇੱਕ ਬੈਂਗਣ ਦੇ ਪੌਦੇ ਕੋਲ ਬੈਠਾ ਸੀਗਾ, ਅਤੇ ਉੱਥੇ ਦੇਖਿਆ ਬੈਂਗਣ ਦੇ ਪੌਦੇ ਕੋਲ ਹੈ ਨਾ ਇੱਦਾਂ ਛੋਟੀ ਜਿਹੀ ਸੁੰਡੀ ਸੀਗੀ, ਅਤੇ ਉਹ ਘੁੰਮ ਕੇ ਪਿਛਲੇ ਪਾਸੇ ਚਲ ਗਈ, ਜਿੱਦਾਂ ਆਪਾਂ ਕੱਲ੍ਹ ਪਰਸੋਂ ਕੀੜਾ ਮਾਰਿਆ ਸੀਗਾ। ਅਤੇ ਉਹ ਫਿਰ ਮੈਂ ਜਦ ਧਿਆਨ ਨਾਲ ਦੇਖਿਆ ਕਿ ਉਹਨੇ ਜਾਲਾ ਜਿਹਾ ਲਾਇਆ, ਅਤੇ ਥੱਲੇ ਆਂਡੇ ਹੀ ਆਂਡੇ ਸੀ ਉਹਦੇ। ਹੁਣ ਆਹ ਜਿਹੜੇ ਪੱਤੇ ਨੇ ਸਾਰੇ ਮੈਂ ਸਾਫ਼ ਕਰ ਦਿੱਤੇ ਆ, ਆਹ ਥੱਲੇ ਉਹਨਾਂ ਸਾਰੇ ਸਾਫ਼ ਕੀਤੇ ਆ ਪਾਣੀ ਨਾਲ। ਆਹ ਦੇਖੋ ਥੱਲੇ ਵਿੱਚ ਕਈ ਥਾਂ 'ਤੇ ਆਹ ਆਂਡੇ ਉਂਡੇ ਦਿੱਤੇ ਹੋਏ ਆ ਕੀੜਿਆਂ ਨੇ, ਅਤੇ ਇਹਨੂੰ ਮੈਂ ਇੱਦਾਂ ਪਾਣੀ ਨਾਲ ਲਾ ਕੇ ਇੱਦਾਂ ਇਹਨੂੰ ਸਾਫ਼ ਕੀਤੇ, ਸਾਰੇ ਸਾਰੇ ਪੱਤੇ ਦੇ ਸਾਫ਼ ਕੀਤੇ ਆ। ਅਤੇ ਇਹਨਾਂ ਨੇ ਹੀ ਸਾਰਾ ਇਹਦਾ ਮੋਇਸਚਰ ਖਾਈ ਜਾਣਾ ਵਿਚਾਰਾ, ਹੋਸਟ ਪੌਦਾ ਦਾ ਕੀ ਕਰੂਗਾ ਹੁਣ? ਆਹ ਦੇਖੋ ਆਹ ਤੁਹਾਨੂੰ ਲੱਗਦਾ ਹੋਊਗਾ ਕਿ ਤੰਦਰੁਸਤ ਹੈ ਨਾ ਇਹ, ਆਹਲਾ ਤੁਹਾਨੂੰ ਪੌਦਾ ਲੱਗਦਾ ਹੋਊਗਾ ਕਿ ਤੰਦਰੁਸਤ ਹੈ ਨਾ ਹਰੇ ਪੱਤੇ। ਹੁਣ ਦੇਖਿਓ ਧਿਆਨ ਨਾਲ, ਆਹ ਦੇਖੋ ਆਹ ਕੀੜੇ ਆ, ਇੱਦਾਂ ਪਲਦੇ ਆ ਇਹ। ਆਹ ਲਓ ਭਰਿਆ ਪਿਆ ਅਤੇ ਪੱਤਾ ਪੀਲਾ ਪੈ ਗਿਆ। ਆ ਇਹਦੇ ਪੱਤੇ ਇਹ ਥੱਲੇ ਦੇਖ ਲਓ। ਸੋ ਉੱਪਰੋਂ ਪਾਉਂਦੇ ਰਹਿੰਦੇ ਆਪਾਂ ਦਵਾਈ, ਮੇਨ ਤਾਂ ਉਹਦੇ ਥੱਲੇ ਆ। ਸੋ ਹੁਣ ਮੈਂ ਇਹੀ ਕਰਦਾ ਪਿਆ ਕਿ ਇਹਦੇ ਪੱਤੇ ਜਿਹੜੇ ਨਾ ਉਹ ਸਾਫ਼ ਕਰਦਾ ਪਿਆ, ਉਹ ਧੋਂਦਾ ਪਿਆ, ਤਾਂ ਕਿ ਜਿਹੜੀ ਬਿਮਾਰੀ ਆ ਇਹ ਅੱਗੇ ਨਾ ਵੱਧ ਸਕੇ। ਬਾਕੀ ਨਹੀਂ ਜੇ ਪੱਤਾ ਠੀਕ ਤਾਂ ਮੈਂ ਉਹਨੂੰ ਸਿੱਧਾ ਹੀ ਵੱਢ ਵੀ ਰਿਹਾ ਹਾਂ, ਸਿੱਧਾ ਹੀ ਵੱਢ ਕੇ ਹੀ ਸੂਤ ਆਉਣਾ ਹੁਣ ਉਹਨੂੰ ਕਿੱਦਾਂ ਕਿੰਨਾ ਕੁ ਸਾਫ਼ ਕਰੀਏ। ਆਹ ਦੇਖੋ ਕਿੰਨਾ ਜਾਲ ਲੱਗਿਆ ਪਿਆ ਇਹਦਾ। ਸੋ ਬੈਸਟ ਤਰੀਕਾ ਇਹੀ ਆ, ਜਾਂ ਤਾਂ ਪੱਤਾ ਤੁਸੀਂ ਲਾ ਦਿਓ, ਤੋੜ ਦਿਓ, ਜਿਹੜਾ ਕੀੜਾ ਹੋਊਗਾ ਉਹ ਆਪਣਾ ਭੱਜ ਕੇ ਕਿਤੇ ਹੋਰ ਚੱਲ ਜੂਗਾ, ਅਦਰਵਾਈਜ਼ ਫਿਰ ਦਵਾਈ ਆ ਤੁਹਾਨੂੰ ਪੱਤਿਆਂ ਥੱਲੇ ਦਵਾਈ ਛਿੜਕਾਅ ਕਰਨਾ ਪੈਣਾ ਬੇਸਿਕਲੀ, ਹੋਰ ਤਾਂ ਨਹੀਂ ਇਹਦਾ ਕੋਈ ਇਲਾਜ। ਜੋ ਪ੍ਰੈਸ਼ਰ ਤੁਸੀਂ ਲਿਆਉਂਗੇ ਥੱਲੇ ਉਹ ਤੁਹਾਨੂੰ ਕਰਨਾ ਪੈਣਾ ਉਹਦੇ ਬਾਰੇ। ਬਾਕੀ ਅਸੀਂ ਪਾਣੀ ਲਾਉਂਦੇ ਪਏ ਆ, ਆਹ ਉਹੀ ਪੱਤਿਆਂ ਦਾ ਪਾਣੀ ਦੇਖੋ, ਜਿਹੜੇ ਵਾਈਟ ਵਾਈਟ ਤੁਹਾਨੂੰ ਦਿੱਤੇ ਪਏ ਆ ਇਹ ਐਕਚੁਲੀ ਉਹਦੇ ਕੀੜੇ ਦੇ ਆਂਡੇ ਹੀ ਆ ਇਹ। ਸੋ ਇਹਨੂੰ ਮੈਂ ਕਿਤੇ ਨਹੀਂ ਹੋਰ ਪਾਉਣਾ ਪੌਦੇ ਨੂੰ ਕਿਸੇ ਨੂੰ, ਇਹ ਮੈਂ ਐਕਚੁਲੀ ਇੱਥੇ ਹੀ ਡੋਲਦਾ ਪਿਆ ਹਾਂ। ਆਹ ਆਪਣੀ ਜਿਹੜੀ ਜਗ੍ਹਾ ਹੈ ਇਹ ਪੱਧਰੀ ਆ, ਇਹਦੇ ਵਿੱਚ ਇਹਨਾਂ ਨੇ ਗਰਮੀ ਨਾਲ ਹੀ ਮਰ ਜਾਣਾ ਆ। ਆਹ ਉਹਦੇ ਪੱਤੇ ਆ, ਠੀਕ ਆ ਜੀ। ਸੋ ਜਿਹੜੇ ਪੱਤੇ ਆ ਇਹਦੇ ਹੁਣ ਮੈਂ ਉਹ ਸਾਰੇ ਕੱਟ ਲੈਣੇ ਆ। ਐਕਚੁਲੀ ਇਹਦਾ ਮੇਨ ਹੱਲ ਹੀ ਹੁਣ ਮੈਨੂੰ ਲੱਗਦਾ ਇਹੀ ਰਹਿ ਗਿਆ ਕਿ ਆਪਾਂ ਨੂੰ ਇਹ ਜਿਹੜੇ ਪੱਤੇ ਨਾ ਦੇਖੋ ਇੱਦਾਂ ਇਹਨੂੰ ਮੈਂ ਕੱਟਦਾ ਪਿਆ ਹਾਂ, ਕਿਹੜੇ ਆ ਇਹ ਸਾਈਡ 'ਤੇ ਕਰਨੇ ਪੈਣੇ ਆ। ਦੇਖੋ ਕੀ ਬਣਿਆ ਪਿਆ, ਜਿੱਥੇ ਕਿੱਡੇ ਲੱਗ ਗਿਆ ਉੱਥੇ ਇੱਦਾਂ ਹੀ ਵਸ ਆ, ਅਤੇ ਪੂਰਾ ਜਿਹੜਾ ਆ ਉਹ ਖਰਾਬ ਹੀ ਆ, ਕੰਮ ਹੋਇਆ ਪਿਆ ਪੂਰਾ ਐਨ। ਹੁਣ ਆਹ ਦੇਖੋ ਆਹ ਪੱਤੇ ਦਾ ਕੀ ਆ, ਟਾਹਣੀ ਪੂਰੀ ਸੜ ਗਈ ਆ, ਇਹ ਪੂਰੀ 'ਚ ਕੀੜਾ ਆ ਹੁਣ ਮੰਨ ਲਓ ਇੱਕ ਹਿਸਾਬ ਦਾ। ਸੋ ਮੈਂ ਇਹਨੂੰ ਧੁਰੋਂ ਹੀ ਵੱਢਣ ਲੱਗਿਆ ਤਾਂ ਜਿਹੜਾ ਕਿ ਆਪਾਂ ਬਾਕੀ ਦਾ ਜਿਹੜਾ ਪੌਦਾ ਉਹ ਬਚਾ ਸਕੀਏ। ਆਹ ਪੱਤਾ ਖਰਾਬ ਆਪਾਂ ਦੇਖਿਆ ਸੀ, ਆਹ ਦੇਖ ਲਓ ਥੱਲਿਓ ਇਹ ਪੱਤਾ ਹੋ ਗਿਆ, ਇੱਧਰੋਂ ਆਹ ਵੀ ਭਰਿਆ ਪਿਆ ਆ, ਆਹ ਵੀ ਕਿਤੇ ਕਿਤੇ ਹੈਗੇ ਹਾਂਜੀ ਥੋੜ੍ਹੇ ਬਹੁਤੇ। ਸੋ ਪੱਤੇ ਲਾਵਾਂਗੇ ਇਹਨਾਂ ਦੇ ਆਪਾਂ, ਠੀਕ ਹੈ ਜੀ, ਇਹਨਾਂ ਦੇ ਪੱਤੇ ਲਾ ਲੈਣੇ, ਬੈਟਰ ਹੋਊਗਾ ਕਿ ਇਹਨਾਂ ਨੂੰ ਅੱਗ ਬਾਲ ਕੇ ਆਪਾਂ ਲੂਹ ਦੇਈਏ। ਆਹ ਦੇਖੋ ਲਓ ਤਾਂ ਹਰ ਇੱਕ ਜਾਣੀ ਕਿ ਪੱਤੇ ਥੱਲੇ ਨਾ ਕੀੜਾ ਜਿਹੜਾ ਹੈ ਨਾ ਉਹ ਗਿਆ ਹੀ ਆ, ਕੋਈ ਪੱਤਾ ਹੀ ਹੋਊਗਾ ਜਿਹੜਾ ਕਿ ਉਸ ਚੀਜ਼ ਤੋਂ ਛੂਤਾ ਆ। ਆਹ ਦੇਖੋ ਆਹ ਨਿੱਕੀ ਤੋਂ ਨਿੱਕੀ ਟਾਹਣੀ ਜੀ ਵੀ ਜਿਹੜੀ ਹੈ ਨਾ ਉਹ ਵੀ ਉਸ ਚੀਜ਼ ਤੋਂ ਪ੍ਰਭਾਵਿਤ ਆ। ਆਹ ਕੀੜੇ ਕੀੜੇ ਆ ਜਿਹੜੇ ਪੌਦਣ ਹਰੇ ਹਰੇ ਦੇਖਿਆ ਸੀ ਨਾ ਕੀੜਾ ਜਿਹੜਾ ਹਰਾ ਹਰਾ, ਉਹ ਆਹੀ ਚੀਜ਼ ਆ, ਇਹਨਾਂ ਆਂਡਿਆਂ ਨੇ ਹੀ ਉਹ ਮੁੜ ਗਏ ਵੱਡਾ ਸਾਰਾ ਕੀੜਾ ਬਣਨਾ ਜਿਹੜਾ ਟਿਕ 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 ਕਰਦਾ ਇੱਦਾਂ। ਆਹ ਵੀ ਭਰਿਆ ਪਿਆ ਉਹ ਕਿੱਥੇ ਨਹੀਂ ਹੈਗਾ ਵੀ, ਸੋ ਆਹ ਬਹੁਤ ਜ਼ਿਆਦਾ ਸੀ ਇੱਥੇ ਤਾਂ, ਇਹ ਸਾਰੇ ਆਪਾਂ ਵੱਢ ਦਿੱਤੇ ਆ, ਆਹ ਵੀ ਲਾ ਦਈਏ। ਆਹ ਦੇਖੋ ਸੋ ਠੀਕ ਹੈ ਜੀ, ਬਾਕੀ ਇਹਨਾਂ ਨੂੰ ਆਪਾਂ ਪਾਣੀ ਲਾਉਂਦੇ ਹਾਂ,
ਤੇ ਬਸ ਆਹੀ ਅਪਡੇਟ ਸੀ ਕਿ ਬੈਂਗਣ ਦੇ ਪੌਦੇ ਦੇਖੋ ਵਿੱਚ ਉਹਨੇ ਥੱਲੇ ਕੀੜਾ ਲੱਗਿਆ ਹੁੰਦਾ ਤੇ ਜੇ ਤੁਸੀਂ ਇਹਨਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਪਹਿਲਾਂ ਤਾਂ ਮੈਂ ਇਲਾਜ ਹੁਣ ਇਹ ਲੱਭਿਆ ਕਿ ਪੱਤੇ ਲਾ ਦਿਓ ਫਸਟਲੀ ਤਾਂ ਠੀਕ ਹੈ ਜੀ ਪੱਤੇ ਲਾ ਕੇ ਆਪਾਂ ਜ਼ਿਆਦਾ ਇਹਨਾਂ ਨੂੰ ਮਿੱਟੀ ਵਿੱਚ ਦੱਬ ਸਕਦੇ ਹਾਂ ਜਾਂ ਕੋਲ ਹੀ ਰਾਖ ਪਈ ਆ ਰਾਖ ਪਾ ਦਾਂਗੇ ਕੋਈ ਰਾਖ ਦੇ ਵਿੱਚ ਕਾਫੀ ਜ਼ਿਆਦਾ ਇੱਦਾਂ ਦੇ ਹੁੰਦੇ ਆ ਪ੍ਰੋਟੀਨ ਜਾਂ ਕਹਿ ਲਓ ਕਿ ਕੈਮੀਕਲਸ ਜਿਹੜੇ ਉਹਨੂੰ ਕਿ ਇਨਸੈਕਟ ਨੂੰ ਜਿਹੜੇ ਆ ਨਾ ਉਹ ਮਾਰ ਦਿੰਦੇ ਆ ਸੋ ਆਹ ਦੇਖੋ ਹਰਿਆ ਭਰਿਆ ਪੌਦਾ ਜਿਹੜਾ ਆ ਇਹ ਕੀੜੇ ਨੂੰ ਲੱਗਦੇ ਜਾ ਰਹੇ ਸੀਗੇ ਲੈਟ ਸੀ ਆਉਣ ਵਾਲੇ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਕੀ ਇਹ 'ਚ ਚੇਂਜ ਆਉਂਦੇ ਹੁਣ ਆਹਲਾ ਪੌਦਾ ਜਿਹੜਾ ਆਹ ਦੇਖੋ ਤਾਂ ਕੀ ਵਿਚਾਰੇ ਦਾ ਬਣਾਤਾ ਆ ਇਸ ਪੌਦੇ ਦੇ ਵਿੱਚ ਆਪਾਂ ਸਫਾਈ ਕੀਤੀ ਆ ਜਿੰਨੇ ਕੀੜੇ ਕਿਉਂਕਿ ਪੱਤੇ ਲਾਵਾਂਗੇ ਵਿਚਾਰੇ ਤਾਂ ਅੱਗੇ ਹੀ ਹੈ ਨਹੀਂ ਪੱਤੇ ਉਹਦੇ ਸੋ ਪੱਤੇ ਨਹੀਂ ਆਪਾਂ ਲਾਹੇ ਉਹਦੇ ਉਹਦੇ ਵਿੱਚ ਆਪਾਂ ਜਿਹੜੇ ਆ ਸਿੰਪਲੀ ਉਹਦੀ ਸਫਾਈ ਕਰ ਦਿੱਤੀ ਆ ਤਾਂ ਜੋ ਉਹਨੂੰ ਕਿਤੇ ਨਾ ਕਿਤੇ ਭੋਜਨ ਜਿਹੜਾ ਆ ਮਿਲ ਸਕੇ।